ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੰਮ੍ਰਿਤਸਰ ਬੰਬ ਧਮਾਕੇ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਭਰ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਉੱਥੇ ਹੀ ਹਾਈ ਅਲਰਟ ਦੇ ਬਾਵਜੂਦ ਵੀ ਗੁੰਡਾਗਰਦੀ ਰੁਕਣ ਦਾ ਨਾਂ ਨਹੀਂ ਲੈ ਰਹੀ। ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਤਰਨ ਤਾਰਨ ਦੇ ਪਿੰਡ ਜੀਓਵਾਲਾ 'ਚ, ਜਿੱਥੇ ਮਾਮੂਲੀ ਤਕਰਾਰ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਇੱਕ NRI 'ਤੇ ਗੋਲੀਆਂ ਚਲਾ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸੰਬੰਧੀ ਪੀੜਿਤ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਦੁਬਈ ਤੋਂ ਆਇਆ ਸੀ ਅਤੇ ਉਸਦੀ ਪਿੰਡ ਦੇ ਕੁਝ ਲੋਕਾਂ ਨਾਲ ਤਕਰਾਰ ਹੋ ਗਈ ਸੀ, ਜਿਸ ਦੀ ਰੰਜਿਸ਼ ਰੱਖਦੇ ਹੋਏ ਉਹਨਾਂ ਨੇ ਉਸਦੇ ਘਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਚ ਇੱਕ ਗੋਲੀ ਉਸਦੀ ਲੱਤ 'ਤੇ ਲੱਗੀ। ਪੀੜਿਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮੇਰਾ ਨਾਂ ਹਰਪਿੰਦਰ ਸਿੰਘ ਜੀ, ਪਿੰਡ ਜੀਓਬਾਲਾ, ਅਤੇ ਮੇਰੀ ਫੋਨ 'ਤੇ ਤੂੰ ਮੈਂ ਹੋਈ ਆ ਲਵਪ੍ਰੀਤ ਸਿੰਘ ਨਾਲ, ਅਤੇ ਮੈਂ ਅੱਡੇ 'ਤੇ ਖੜ੍ਹਾ ਸੀ ਅਤੇ ਆਏ ਆਏ ਅਤੇ ਗੋਲੀਆਂ ਮਾਰੀਆਂ ਮੈਨੂੰ ਅਤੇ ਭੱਜ ਕੇ। ਮੈਂ ਕੁਝ ਕੁ ਦਿਨ ਹੋਏ ਅਜੇ ਬਾਹਰੋਂ ਆਇਆ ਦੁਬਈ ਤੋਂ, 5-6 ਦਿਨ ਹੀ ਹੋਏ ਮੈਨੂੰ ਆਏ ਨੂੰ, ਅਜੇ ਮਜ਼ਦੂਰ ਆਦਮੀ ਮੈਂ, ਅਤੇ ਇਹੋ ਗੱਲ ਹੋਈ ਗੋਲੀਆਂ ਮਾਰ ਕੇ ਅਤੇ ਆਣ ਕੇ ਮੈਨੂੰ ਭੱਜ ਗਿਆ। ਤੁਸੀਂ ਕੀ ਮੰਗ ਕਰਦੇ? ਮੈਂ ਤਾਂ ਇਹੋ ਮੰਗ ਕਰਦਾ ਮੈਨੂੰ ਇਨਸਾਫ਼ ਮਿਲਣਾ ਚਾਹੀਦਾ। ਕਿੰਨੇ ਜਾਣੇ ਸੀ? ਇਹ 7-8 ਜਾਣੇ ਸੀ। ਕੀ ਨਾਮ ਸੀ? ਇਹ ਲਵਪ੍ਰੀਤ ਸਿੰਘ ਜੀ ਜੀ, ਇੱਕ ਹੋਰ ਲਵਪ੍ਰੀਤ ਸਿੰਘ ਜੀ ਮੇਰੇ ਪਿੰਡ ਦਾ ਵਾ, ਇੱਕ ਉਹਨਾਂ ਦਾ ਛੋਟਾ ਬ੍ਰਦਰ ਸੀ, ਬਾਕੀਆਂ ਨੂੰ ਤਾਂ ਮੈਂ ਜਾਣਦਾ ਨਹੀਂ, ਇੱਕ ਸੈਮੀ ਸੀ, ਸੈਮੀ ਨਾਮ, ਬਾਕੀਆਂ ਨੂੰ ਮੈਂ ਜਾਣਦਾ ਨਹੀਂ। ਗੱਲਬਾਤ ਇਹ ਹੋਈ ਹੈ ਜੀ, ਮੇਰੇ ਬ੍ਰਦਰ 3 ਸਾਲ ਬਾਅਦ ਦੁਬਈ ਤੋਂ ਉਹਨਾਂ ਆਏ ਆ, 5-4 ਦਿਨ ਹੋ ਗਏ ਇਹਨਾਂ ਆਇਆ ਨੂੰ, ਅਤੇ ਇਹਨਾਂ ਨਾਲ ਫੋਨ 'ਤੇ ਕੋਈ ਗਾਲੀ ਗਲੋਚ ਹੋਈ, ਸੇਰੋਂ ਦਾ ਮੁੰਡਾ ਕੋਈ ਲਵ ਉਹਦੇ ਨਾਲ, ਇੱਕ ਮੇਰੇ ਪਿੰਡ ਦਾ ਲਵ, ਦੋਵੇਂ ਬ੍ਰਦਰ ਉਹ ਵਾ, ਅਤੇ ਇੱਕ ਸੈਮ ਹੈ ਮੁੰਡਾ ਨਾਂ, ਸੈਮੀ ਨੂੰ ਆਉਂਦੇ, ਇਹ ਬੰਦੇ ਪਛਾਣ 'ਚ ਆਏ ਸਾਡੀ, ਅਤੇ ਇਹਨਾਂ ਫੋਨ ਕਰਕੇ ਗਾਲੀ ਗਲੋਚ ਕਰਦੇ ਰਹੇ ਆ, ਅਤੇ ਭਰਾ ਮੇਰਾ ਅੱਡੇ ਤੋਂ ਆਉਂਦਿਆ ਸੀ ਅਤੇ ਇਹਨਾਂ ਗੋਲੀਆਂ ਮਾਰੀਆਂ ਸਿੱਧੀਆਂ ਆਣ ਕੇ, 2-3 ਮਿੰਟਾਂ 'ਚ ਗੱਡੀਆਂ ਦੋਵਾਂ 'ਤੇ ਆਏ ਆ, 2 ਇਹਨਾਂ ਕੋਲ ਪਿਸਟਲ ਸੀ ਅਤੇ 2 ਹੀ ਰਫਲਾਂ ਸੀ, ਅਤੇ ਇਹ ਗੋਲੀਆਂ ਮਾਰ ਕੇ ਅਤੇ ਭੱਜ ਗਏ। ਅਸੀਂ ਸਾਰੇ ਇਹ ਮੰਗ ਕਰਦੇ ਹਾਂ ਵੀ ਜਿਹੜੇ ਇਹਨਾਂ ਗੁੰਡਾ ਅਨਸਰ ਆ, ਇਹਨਾਂ ਨਜਾਇਜ਼ ਅਸਲੇ ਜਿਹੜੇ ਲਏ ਆ ਬਣਾਏ ਆ, ਇਹਨਾਂ ਦੇ ਜ਼ਬਤ ਹੋਣੇ ਚਾਹੀਦੇ ਆ ਅਤੇ ਕਾਨੂੰਨੀ ਕਾਰਵਾਈ ਇਹਨਾਂ 'ਤੇ ਹੋਣੀ ਚਾਹੀਦੀ ਆ। ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਰੱਖਣੀ ਚਾਹੀਦੀ, ਬਹੁਤ ਮਾੜਾ ਵਿਹਾਰ ਇਹਨਾਂ ਸਾਡੇ ਨਾਲ ਕੀਤਾ, ਗੋਲੀਆਂ ਭਰਾ ਮੇਰੇ 'ਤੇ ਮਾਰੀਆਂ, ਅੱਜ ਉਹ ਇਸ ਟਾਈਮ ਹਸਪਤਾਲ ਦੇ ਵਿੱਚ ਦਾਖਲੇ ਆ, ਜੇਰੇ ਇਲਾਜ ਪਿਆ ਵਾ, ਅਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਉਧਰ ਇਸ ਸੰਬੰਧ 'ਚ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਸੁਖਵਿੰਦਰ ਸਿੰਘ, ਇਹਦਾ ਕੋਈ ਪਹਿਲਾਂ ਲਵਪ੍ਰੀਤ ਪੁੱਤਰ ਕੁਲਦੀਪ ਸਿੰਘ ਰਾਕਸੇਰੋਂ ਦਾ, ਇਹਨੇ ਦੱਸਿਆ ਵੀ ਮੇਰਾ ਪਹਿਲਾਂ ਵੀ ਕੋਈ ਆਪਸ ਵਿੱਚ ਝਗੜਾ ਹੋਇਆ ਸੀ, ਤੂੰ ਮੈਂ ਹੋਈ ਸੀ, ਹੁਣ ਫਿਰ ਵੀ ਇਹਦਾ ਇਹਨੇ ਉਹਨੇ ਫੋਨ ਕੀਤਾ ਇਹਨੂੰ, ਇਹਨੇ ਉਹਨੂੰ ਕੀਤਾ, ਉਹ ਮੁੰਡਾ ਇੱਥੇ ਆਇਆ ਅਤੇ ਉੱਥੇ ਆਪਸ ਵਿੱਚ ਲੜ ਪਏ, ਅਤੇ ਜਿਹੜਾ ਲਵਪ੍ਰੀਤ ਆ ਇਹਦੇ ਨਾਲ ਹੋਰ ਵੀ ਸੀ, ਇਹਦੇ ਪਿੰਡ ਦੇ ਵੀ ਸੀ 2-3 ਮੁੰਡੇ, ਅਤੇ ਉਹਨਾਂ ਇਹਦੇ ਗੋਲੀ ਮਾਰੀ ਆ, ਜਿਹੜੀ ਅਸੀਂ ਪਰਚਾ ਦਰਜ ਕੀਤਾ, ਲੱਤ 'ਤੇ ਗੋਲੀ ਲੱਗੀ ਆ, ਖੱਬੀ ਪਿੰਨੀ 'ਤੇ, ਹਸਪਤਾਲ ਮੁੰਡਾ ਐਡਮਿਟ ਆ, FIR ਦਰਜ ਕਰਤੀ ਆ, 287 ਨੰਬਰ, 307-25-54, ਦੋਸ਼ੀ ਭੱਜੇ ਹੋਏ ਆ, ਕਾਰਵਾਈ ਕਰਨ ਡੇ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।